ਸਿਰਾ ਪੁੱਤਰ ਕੀ ਸਾਰਾ ਦਿਨ ਹੋਣ ਨਾਲ ਲੱਗੀ ਰਹਿਣੀ ਹੈ ਮੈਂ ਵੀਰ ਨਾਲ ਗੱਲ ਕਰਨੀ ਹੈ ਉਹ ਤੇਰੇ ਨਾਲ ਨਾਰਾਜ਼ ਹੈ ਮੈਂ ਤਾਂ ਕੁਛ ਸ਼ੈਤਾਨੀ ਵੀ ਨਹੀਂ ਕੀਤੀ ਫਿਰ ਉਹ ਕਿਉਂ ਮੇਰੇ ਨਾਲ ਨਾਰਾਜ਼ ਆ ਜਾ ਪੁੱਤਰ ਖੇਲ ਮੈਂ ਵੀਰ ਕੋਲ ਜਾਣਾ ਤੇ ਮੈਂ ਵੀਰ ਕੋਲ ਜਾਣਾ ਹੀ ਹੈ ਨਹੀਂ ਪੁੱਤ ਤੂੰ ਨਹੀਂ ਜਾਣਾ ਵੀਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਵੀਰ ਭੈਣ ਨੇ ਦਿੱਲੀ ਧਰਨੇ ਤੇ ਜਾਣਾ ਹੈ ਉਹ ਜਲਦੀ ਤੋਂ ਜਲਦੀ ਸੱਤ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਹਾਂ ਜੀ ਮੇਰਾ ਵੀਰਾ ਮੇਰੇ ਨਾਲ ਫੋਨ ਤੇ ਗੱਲ ਨਹੀਂ ਕਰਦਾ ਮੈਂ ਉਹਨੂੰ ਚਿੱਠੀ ਤੇ ਲਿਖ ਸਕਦੀ ਹਾਂ ਨਾ ਵੀਰੇ ਮੰਮੀ ਰੋਜ਼ ਕਹਿੰਦੀ ਆ ਤੂੰ ਦਿੱਲੀ ਦੇ ਧਰਨੇ ਤੋਂ ਕੱਲ ਆਏਗਾ ਪਰਸੋਂ ਆਏਗਾ ਪਰ ਤੂੰ ਆਉਂਦਾ ਹੀ ਨਹੀਂ ਆਪਣੇ ਪਿੰਡੋਂ ਰੋਜ਼ ਧਰਨੇ ਤੇ ਪਾਈ ਜਾਂਦੇ ਆ ਉਹ ਵਾਪਸ ਵੀ ਆ ਜਾਂਦੇ ਆ ਤੂੰ ਕਿਉਂ ਨਹੀਂ ਆਉਂਦਾ ਮੈਂ ਕੋਈ ਭੋਲੀ ਨਹੀਂ ਮੈਨੂੰ ਪਤਾ ਤੂੰ ਸਾਡੇ ਖੇਤ ਬਚਾਉਣ ਲਈ ਗਿਆ ਕੋਈ ਸਾਡੇ ਖੇਤ ਖੋਣਾ ਚਾਹੁੰਦਾ ਜੇ ਸਾਡੇ ਖੇਤ ਖੋ ਲਏ ਤਾਂ ਮੈਂ ਪੀਣ ਕਿੱਥੇ ਝੁੰਟਾਂਗੀ ਡੈਡੀ ਮੈਨੂੰ ਖੇਤ ਪੀਣ ਚਟਾਉਣ ਲੈ ਕੇ ਨਹੀਂ ਜਾਂਦੇ ਤੂੰ ਛੇਤੀ ਆ ਜਾ ਜਾਂ ਮੈਨੂੰ ਵੀ ਆਪਣੇ ਕੋਲ ਲੈ ਜਾ ਮੈਂ ਵੀ ਝੰਡਾ ਚੱਕ ਕੇ ਤੇਰੇ ਨਾਲ ਜਾਊਂਗੀ ਵੀਰੇ ਇੱਕ ਗੱਲ ਹੋਰ ਮੈਂ ਟੀਵੀ ਦੇਖਦੀ ਹਾਂ ਆਪਣੇ ਪਿੰਡ ਦੇ ਸਾਰੇ ਭਾਈਆਂ ਦੀ ਟੀਵੀ ਤੇ ਫੋਟੋ ਆਉਂਦੀ ਆ ਤੇਰੀ ਤਾਂ ਫੋਟੋ ਆਉਂਦੀ ਨਹੀਂ ਵੀਰੇ ਵੀਰੇ ਇਸ ਵਾਰ ਰੱਖੜੀ ਤੇ ਭੂਆ ਨੇ ਵੀ ਆਉਣਾ ਨਿੰਮੀ ਦੀਦੀ ਵੀ ਤੇਰੇ ਰੱਖੜੀ ਬੰਨੂਗੀ ਵੀਰੇ ਦਾਦੀ ਮਾਂ ਕਹਿੰਦੇ ਸੀ ਤੂੰ ਮੇਰੇ ਨਾਲ ਗੁੱਸੇ ਆ ਤਾਂ ਹੀ ਤੂੰ ਮੇਰੇ ਨਾਲ ਫੋਨ ਤੇ ਗੱਲ ਨਹੀਂ ਕਰਦਾ ਪਰ ਮੈਨੂੰ ਪਤਾ ਦਾਦੀ ਮਾਂ ਝੂਠ ਬੋਲਦੇ ਆ ਤੈਨੂੰ ਇੱਥੇ ਕੰਮ ਬਹੁਤ ਆ ਤੈਨੂੰ ਟਾਈਮ ਨਹੀਂ ਮਿਲਦਾ ਗੱਲ ਕਰਨ ਦਾ ਮੈਂ ਰੱਬ ਜੀ ਅੱਗੇ ਅਰਦਾਸ ਕਰੂੰਗੀ ਕਿ ਸਰਕਾਰ ਕਿਸਾਨਾਂ ਦੀ ਗੱਲ ਮੰਨ ਜਾਵੇ ਤੇ ਮੇਰਾ ਵੀਰਾ ਘਰ ਆ ਜਾਵੇ ਜਦੋਂ ਤੂੰ ਘਰ ਆ ਗਿਆ ਆਪਾਂ ਫਿਰ ਦੋਨੋਂ ਖੇਤ ਜਾਵਾਂਗੇ ਤੇ ਤੂੰ ਮੈਨੂੰ ਪੀਣ ਤੇ ਝੂਟੇ ਦੇਵੀ ਜੇ ਤੂੰ ਨਾ ਆਇਆ ਮੈਂ ਤੇਰੇ ਨਾਲ ਕਦੇ ਨਹੀਂ ਬੋਲਣਾ ਤੇਰੀ ਛੋਟੀ ਭੈਣ ਸੀਰਤ ਇਹ ਕਹਾਣੀ ਹੈ ਉਹਨਾਂ ਸਾਰੀਆਂ ਭੈਣਾਂ ਦੇ ਨਾਮ ਜਿਨ੍ਹਾਂ ਦੇ ਵੀਰ ਕਿਸਾਨੀ ਸੰਘਰਸ਼ ਵਿੱਚ ਗਏ ਤਾਂ ਸੀ ਪਰ ਵਾਪਸ ਨਹੀਂ ਆਏ ਉਹਨਾਂ ਭੈਣਾਂ ਦੇ ਨਾਮ ਜੋ ਰੱਖੜੀ ਵਾਲੇ ਦਿਨ ਆਪਣੇ ਵੀਰ ਨੂੰ ਉਡੀਕ ਰਹੀਆਂ ਉਹਨਾਂ ਮਾਵਾਂ ਦੇ ਨਾਮ ਜੋ ਆਪਣੇ ਪੁੱਤ ਦੇ ਗਮ ਵਿੱਚ ਅੱਧੀਆਂ ਹੋ ਗਈਆਂ ਅਤੇ ਉਹਨਾਂ ਪਿਓਵਾਂ ਦੇ ਨਾਮ ਜਿਨ੍ਹਾਂ ਨੇ ਆਪਣੇ ਪੁੱਤ ਕੁਰਬਾਨ ਕਰਕੇ ਪਹਾੜ ਜਿੱਡਾ ਜਿਗਰਾ ਬਣਾ ਲਿਆ।